ਕਿੱਥੇ ਚਲਾਉਣਾ ਔਰ ਕਿਸ ਲੈਵਲ ਚਲਾਉਣਾ। ਇੱਕ ਐਮ ਪੀ ਦੀ ਜਿਹੜੀ ਤਨਖਾਹ ਹੈ 2,82,000 ਤਨਖਾਹ ਹੋਈ, ਤੁਸੀਂ 2,82,000 ਉਹਦੇ ਖਾਤੇ 'ਚ ਆ ਦਾ। ਰਫੇਲ ਡੀਲ ਕਰਨਾ 200 ਕਰੋੜ ਰੁਪਇਆ ਰਫੇਲ ਲੈਂਦਾ, ਜਹਾਜ਼ ਲੈਂਦਾ, ਕੋਈ ਬੰਬ ਥੋੜ੍ਹੀ ਲਈ ਜਾਂਦਾ ਨਾ, ਜਹਾਜ਼ ਹਥਿਆਰ ਤਾਂ ਚਾਹੀਦਾ ਉਹਦੇ ਉੱਪਰ। ਔਰ ਮੀਡੀਆ ਦਰ ਲਾਂਟ ਹੈ ਸੀ ਮੀਡੀਆ ਦੀ, ਜਿਹੜੀ ਮੀਡੀਆ 24 ਘੰਟੇ ਸੁਣਦੇ ਉੜਦੇ, ਲੋਕ ਆਖਦੇ ਕੋਈ ਨਵੀਂ ਖਬਰ ਦਿਖਣੇ ਔਰ ਰਫੇਲ ਦੀ ਡੀਲ ਪਰ ਗੱਲ ਕਰੀ ਆ ਦੇ। ਟਿਕਟਾਂ ਔਰ ਚੀਨ ਪਰ ਨਹੀਂ ਪ੍ਰਧਾਨ ਮੰਤਰੀ ਬੋਲਾਂ ਦਾ, ਅਸੀਂ ਸੁਣਾਉਣਾ ਚਾਹੁੰਦੇ ਚੀਨ ਪਰ ਇੱਕ ਟਿੱਪਣੀ ਨਹੀਂ ਪ੍ਰਧਾਨ ਮੰਤਰੀ ਸਾਡਾ ਕਰਨ ਦਾ। ਪਹਿਲਾਂ ਜੰਮੂ ਕਸ਼ਮੀਰ ਕੀ ਮਾਰਿਆ ਇੰਦੀ ਬੂਹੜ ਹੈ, ਇਹਨਾਂ ਗਠਜੋੜ ਕੀਤਾ। ਪਹਿਲਾਂ ਆਖਾ ਦੇ ਜਿਹੜੀ ਗੌਰਮੈਂਟ ਹੈ ਮਹਾਰਾਜ, ਇਹ ਗੌਰਮੈਂਟ ਬੂਆ ਅਤੇ ਬੂਆ ਦਾ ਜਿਹੜਾ ਬਾਬਾ ਅਮਰੀਏ ਦਾ ਉਹਦੀ, ਅਤੇ ਫਿਰ ਬੂਆ ਕਹਿੰਦੇ ਇਹਨੇ ਹੱਥ ਮਿਲਾਇਆ ਅਤੇ ਬੋਈਆ ਸੈਂਟਰ ਬੈਠੇ ਦੇ ਕੱਖ ਨਹੀਂ ਕੀਤਾ। ਉਹਨੂੰ ਜੰਮੂ ਕਸ਼ਮੀਰ ਕੀ ਡਿਊਟੀ ਦੇ ਲੈਵਲ ਲੈਂਦਾ ਔਰ ਜੰਮੂ ਕਸ਼ਮੀਰ ਦੇ ਲੋਕ ਇਹ ਮਾਰ ਉੜਿਆ। ਅੱਜ ਮੇਰਾ 500 ਲੋਕ ਰੇਹੜੀ ਫੜੀ ਵਾਲਾ ਲੋਕ ਮਰੀ ਆ, 500 ਲੋਕ ਦੇ ਘਰ ਦਰ ਬਦਰ ਹੋਇਆ। ਇੱਕ ਪ੍ਰਧਾਨ ਮੰਤਰੀ ਚੋਲੇ ਨਹੀਂ ਗੱਲ ਕਰਦਾ, ਆਖਦਾ ਮਹਾਰਾਜ 5 ਕਿਲੋ ਚਾਵਲ ਦੂੰਗਾ ਮੈਂ, ਆਖਦਾ ਮੈਂ ਚੋਲਾ ਪਾਈਆ ਮਹਾਰਾਜ ਮੈਂ ਨਿਕਲੀ ਜਾਣਾ। ਅਤੇ ਚੋਲੇ ਦੀ ਲੋਕਾਂ ਚੈਕਿੰਗ ਵੀ ਕਰਨੀ ਸਾਡਾ ਅਧਿਕਾਰ ਹੈ। ਔਰ ਪਹਿਲਾਂ ਕਾਂਗਰਸ ਗੌਰਮੈਂਟ ਆਖਦਾ 70 ਸਾਲ ਲੁੱਟਿਆ, ਅਤੇ ਇਹਨੇ 6 ਸਾਲੇ ਉਹਨਾਂ ਲੁੱਟੀ ਉੜਿਆ। ਅਸ ਦੋਨੇ ਦਾ ਵਿਦਰੋਹ ਕਰਨੇ ਔਰ ਰਿਕੁਐਸਟ ਕਰਨੇ ਮੀਡੀਆ ਜਿਹੜੀ ਆ ਉਹ ਰਣਜੀਤ ਸਿੰਘ ਹੀ ਫਾਲੋ ਨਹੀਂ ਕਰਾ ਦੀ, ਰਣਜੀਤ ਸਿੰਘ ਹੀ ਤਾਂ ਨਹੀਂ ਫਾਲੋ ਕਰਾ ਦੀ, ਰਣਜੀਤ ਸਿੰਘ ਨੇ ਨਾ ਲੈਣਾ ਅਤੇ ਨਾ ਦੇਣਾ। ਜਿੱਥੇ ਗਲਤ ਹੋ ਉੱਥੇ ਬੋਲਾਂਗੇ। ਪ੍ਰਧਾਨ ਮੰਤਰੀ ਦਾ ਰਫੇਲ ਡੀਲ ਪਰ ਟਿਕਟਾਂ ਪਰ 200 ਕਰੋੜ ਦੀ ਡੀਲ ਕੀਤੀ ਚੀਨ ਕਨੇ, ਚੀਨ ਆਈ ਦਾ ਇਹ ਆਖਦੇ ਮਹਾਰਾਜ ਹਾਂ ਕੁਛ ਨਹੀਂ ਦੇਣਾ। 20 ਮੇਰੇ ਭਰਾ ਮਰੀਏ, ਮੇਰੇ ਤਾਏ ਚਾਚੇ, ਮੇਰੇ ਮਾਸੀਆਂ ਦੇ ਜਾਤ ਮਰੀਏ ਉੱਥੇ ਆਰਮੀ ਵਾਲੇ, ਔਰ ਬੈਲਟ ਫੋਰਸ ਪਰੇਸ਼ਾਨ ਹੈ। ਔਰ ਬੈਲਟ ਫੋਰਸ ਦੀ ਅਸ ਮਤਲਬ ਇਹ ਸਰਾਲਾ ਚਾਹੁੰਦੇ ਕਿ ਉਹ ਤਨ ਮਨ ਕਰਨਾ ਸਾਡੇ ਲੋਕਾਂ ਦੀ ਸੁਰੱਖਿਆ 'ਤੇ ਖੜੋਤੀ ਦੀ ਹੈ। ਇਸ ਗੌਰਮੈਂਟ ਨੇ ਭਾਸ਼ਣ ਔਰ ਜੁਗਲੇਬਾਜ਼ੀ ਕੀਤੀ, ਰੋਡ ਬਣਾਈ ਹੈ ਥੋੜ੍ਹੀ ਦੇਸ਼ ਚੱਲਣਾ। ਅੱਜ ਲਾਕਡਾਊਨ ਦਾ ਅਸ ਕੜਾ ਵਿਦਰੋਹ ਕਰਨੇ ਔਰ ਇਸ ਲਾਕਡਾਊਨ ਦੀ ਵਜ੍ਹਾ ਕਰਨਾ, ਅਗਰ ਭਗਵਾਨ ਕਰੇ ਹੁਣ ਇਹਨੇ ਉਹ ਬਣਾਈ ਉੜਿਆ ਕਿ ਪੈਣਾ ਨਾ ਰੱਖੜੀ ਪਾਣੀ ਭਰਾਈ, ਵੀਡੀਓ ਕਾਲਿੰਗ ਕਰੀਏ, 4G ਨੈੱਟ ਚਲਾਇਆ ਨਹੀਂ, ਵੀਡੀਓ ਕਾਲਿੰਗ ਪਰ ਭਰਾ ਦਾ ਹੱਥ ਪੂਰਾ ਆਉਣਾ ਨਹੀਂ, ਅਤੇ ਪਹਿਲਾਂ ਨਾ ਘਰ ਰੱਖਣੀ ਪਵਾਈ ਨਹੀਂ। ਹਿੰਦੂ ਜਿਹੜਾ ਤਿਉਹਾਰ ਹੈ ਅਮਰਨਾਥ ਯਾਤਰਾ 19 ਦਿਨ ਪਹਿਲਾਂ ਬੰਦ ਕਰਨੀ ਪਿਛਲੇ ਸਾਲ, ਔਰ ਅੱਜ ਅਮਰਨਾਥ ਯਾਤਰਾ ਬੰਦ ਹੋਈ, ਭਗਵਾਨ ਕਹਿੰਦਾ ਖਿਲਵਾੜ ਕਰਾ ਦੇ ਔਰ ਭਗਵਾਨ ਦੇ ਨਾਂ ਪਰ ਸਿਆਸਤ ਕਰਾ ਦੇ। ਇਹਨੇ ਪਹਿਲਾਂ ਰਾਮ ਮੰਦਿਰ ਦਾ ਮੁੱਦਾ ਚੁੱਕਿਆ, ਤੂੰ ਨਾ ਕਦੇ ਪੂਜਨਾ ਕਰਨ ਜਾਣਾ, ਪੂਜਨਾ ਕਰਨੇ ਜਿਹੜੇ ਮੰਦਰ ਪਹਿਲਾਂ ਬਣਵੇ ਉਹ ਬਚਾਓ ਅਤੇ ਕਸ਼ਮੀਰੀਏ ਹੀ ਮਕਾਓ, ਕਸ਼ਮੀਰ ਸਾਰਾ ਪਾਲੀ ਉੜਿਆ ਅਤੇ ਮੇਰਾ ਡੋਗਰਾ ਮਾਰੀ ਉੜਿਆ, ਡੋਗਰੇ ਦਾ ਸ਼ਾਸਨ ਔਰ ਸਾਡੀ ਜਿੰਨੇ ਚਿਰ ਜੰਮੂ ਕਸ਼ਮੀਰ ਦੀ ਰਾਜ ਦਾ ਦਰਜਾ ਨਹੀਂ ਦਿੰਦਾ, ਇੰਨੇ ਚਿਰ ਮੈਂ ਸਾਰੇ ਭਰਾਵਾਂ ਗੀ ਔਰ ਕਮ ਸੇ ਕਮ 1.5 ਕਰੋੜ ਲੋਕਾਂ ਗੀ ਅਗਾਹ ਕਰਨਾ ਚਾਹੁੰਦਾ ਕਿ ਭਾਈ ਜੰਮੂ ਦਾ ਦਰਜਾ ਲੈ ਲਓ। ਤੁਹਾਡੀ ਜਿਹੜੀ ਪੱਗ ਹੈ ਉਹ ਪੱਗ ਇਹਨੇ ਕਸ਼ਮੀਰੀਆਂ ਦੇਈ ਉੜੀ, ਲਦਾਖ ਵਾਲਿਆਂ ਦੇਈ ਉੜੀ, ਅਤੇ ਜੰਮੂ ਕਸ਼ਮੀਰ ਪਰ ਇਹਨੇ ਉਹ ਕੜਾ ਵਿਦਰੋਹ ਕੀਤਾ। 19 ਰੁਪਏ ਬੈਰਲ ਤੇਲ ਆ ਦਾ 2,000-4,000 ਚ, ਆਖਦੇ ਮਹਾਰਾਜ ਸਰਦਾਰ ਚੁੱਪ ਰਹਿੰਦਾ, ਉਹ ਚੁੱਪ ਥੋੜ੍ਹੀ ਰਹਿੰਦਾ, ਉਹ ਇੱਕ ਰਿਟਰਨ ਕਾਰਵਾਈ ਕਰਦਾ, ਭਾਈ ਨਹੀਂ ਕਰਦਾ। 19 ਰੁਪਏ ਦਾ ਤੇਲ 80 ਰੁਪਏ ਲੀਟਰ ਵੇਚਾਂ ਦੇ, ਅਤੇ ਪਹਿਲਾਂ ਸਾਨੂੰ ਟਰੈਕਟਰ ਵਾਲੇ ਲੋਕਾਂ ਗੀ ਰੇਤੇ ਦਾ ਫੇਰਾ ਜਿਹੜਾ 1,000 ਦਿੰਦਾ, ਲੋਕ ਆਖਿਆ ਮਹਾਰਾਜ ਹੁਣ ਵੀ 1,000 ਦੇਣਾ, ਅਤੇ 1,500 ਜੇਬਾ ਪਾਈਆ ਲੋਕ ਫੇਰਾ ਨਹੀਂ ਲਾ ਰਹੇ। ਔਰ ਟਰਾਂਸਪੋਰਟ ਭਰਾਈ ਮੈਂ ਆਖਣਾ ਚਾਹੁੰਦਾ ਕਿ ਟਰਾਂਸਪੋਰਟ 50% ਕਿਰਾਇਆ ਕੱਖ ਨਹੀਂ ਵਧਾਉਣਾ, ਸਿੱਧਾ ਤੇਲ 40 ਰੁਪਏ ਲੀਟਰ ਕਰੋ। ਆ ਪ੍ਰਧਾਨ ਮੰਤਰੀ ਅਰਥ ਵਿਵਸਥਾ ਪਰ ਕੋਈ ਭਾਸ਼ਣ ਨਹੀਂ ਕਰਦਾ, ਰਾਸ਼ਟਰ ਗਾਨ ਨਹੀਂ ਗਾਉਂਦਾ। ਹੁਣ ਉਹ ਆਖਲਾ ਕਿ ਭਾਈ ਮੈਂ ਚੋਲ ਦਿਆਨਾ 5 ਕਿਲੋ, ਅਤੇ 5 ਕਿਲੋ ਉਹਨੇ ਟੱਬਰ ਪਲਦਾ। ਹੁਣ ਮੇਰੇ ਘਰ ਰੋਜ਼ਾ ਦੇ 5 ਕਿਲੋ ਚੋਲ ਲੱਗਦੇ, 3 ਮਹੀਨੇ ਦੇਦੇ ਨੇ। ਦੂਜਾ ਨੰਬਰ, ਭਾਰਤੀ ਜਨਤਾ ਪਾਰਟੀ ਜੁਗਲੇ ਬੱਜ ਦੀ ਗੌਰਮੈਂਟ ਹੈ। ਬੀਪੀ ਸਿੰਘ ਆਇਆ ਕਸ਼ਮੀਰੀ ਨੱਠੀਏ, ਅਟਲ ਬਿਹਾਰੀ ਵਾਜਪੇਈ ਆਇਆ ਕਰਗਲ ਜੰਗ ਹੋਈ, ਅਤੇ ਕਰੋਨਾ ਆਈ ਆ ਮੋਦੀ ਗੌਰਮੈਂਟ 'ਚ, ਅਤੇ ਇਹਦੀ ਅਰਥ ਵਿਵਸਥਾ ਜਿਹੜੀ 0.06% ਕੰਨੇ ਕੜੀ ਦੀ, ਔਰ ਬੇਰੁਜ਼ਗਾਰੀ ਨੇ ਦਰ ਹੋਈ ਦੀ, ਤਾਂ ਇਹ ਜਿਹੜਾ ਜਾਤ ਵੀਡੀਓ ਬਣਾ ਲਾ, ਇਹ ਚੋਰੀ ਕਰਨੇ ਪਰ ਮਜਬੂਰ ਹੋਈ ਆ, ਬੱਚੇ ਨੇ ਚੋਰੀ ਕਰਨੀ, ਜਾਂ ਅਸਾਂ ਵੱਟੇ ਮਾਰਨੇ, ਜੰਮੂ ਦੇ ਲੋਕ ਅਸਾਂ ਵੱਟੇ ਮਾਰਨੇ, ਅਤੇ ਕਸ਼ਮੀਰੀ ਇਹ ਪੈਸੇ ਦਿੰਦੇ, ਸਾਨੂੰ ਵੀ ਵੱਟੇ ਮਾਰੇ ਪੈਸੇ ਦਿਓ। ਜੈ ਹਿੰਦ ਜੈ ਭਾਰਤ।